ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਗਿੱਦੜਿਆਣੀ ਵਿਖੇ ਦੀਵਾਨਾਂ ਦਾ ਸਿੱਖ ਜਥੇਬੰਦੀ ਟੰਮੀ ਟਕਸਾਲ ਦੇ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਤਨਵਾਲ ਪੰਗੋਆ ਵਿਖੇ ਵੱਡੀ ਗਿਣਤੀ ਵਿੱਚ ਸਿੰਘ ਇਕੱਤਰ ਹੋਏ। ਇਹ ਵਿਵਾਦ ਉਸ ਵਕਤ ਸ਼ੁਰੂ ਹੋਇਆ ਜਦੋਂ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਸੋਸ਼ਲ ਮੀਡੀਆ 'ਤੇ ਐਲਾਨ ਕਰ ਦਿੱਤਾ ਕਿ ਉਹ ਕਿਸੇ ਕੀਮਤ 'ਤੇ ਇਹਨਾਂ ਦੀਵਾਨਾਂ ਨੂੰ ਨਹੀਂ ਹੋਣ ਦੇਣਗੇ, ਕਿਉਂਕਿ ਢੱਡਰੀਆਂਵਾਲਾ ਵਾਲਾ ਪੰਥ ਵਿਰੋਧੀ ਕੁੜ ਪ੍ਰਚਾਰ ਕਰ ਰਿਹਾ। ਇਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਸਿੰਘਾਂ ਨੇ ਐਲਾਨ ਕੀਤਾ ਕਿ ਢੱਡਰੀਆਂਵਾਲੇ ਦੇ ਦੀਵਾਨਾਂ ਨੂੰ ਨਹੀਂ ਹੋਣ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਇਤਿਹਾਸ, ਗੁਰਬਾਣੀ ਅਤੇ ਇਤਿਹਾਸ ਕਿਸਾਨਾਂ ਦਾ ਵਿਰੋਧ ਕਰਦਾ, ਉਲਟ ਬੋਲਦਾ। ਅੱਜ ਕੱਲ੍ਹ ਅਤੇ ਪਰਸੋਂ ਗਿੱਦੜਿਆਣੀ ਪਿੰਡ ਦੇ ਵਿੱਚ 3, 4 ਅਤੇ 5 ਫਰਵਰੀ ਨੂੰ ਇਹਦੇ ਦੀਵਾਨ ਆ ਦਮਦਮੀ ਟਕਸਾਲ ਦੇ ਵਿਦਿਆਰਥੀ, ਇਲਾਕੇ ਦੀਆਂ ਸੰਗਤਾਂ ਅਤੇ ਹੋਰ ਵੀ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ, DC ਅਤੇ SSP ਦੇ ਦਫ਼ਤਰ ਮੰਗ ਪੱਤਰ ਦੇਣ ਗਏ ਸੀ ਅੱਜ ਤੋਂ 10-12 ਦਿਨ ਪਹਿਲਾਂ। 10-12 ਦਿਨ ਲਗਾਤਾਰ ਉਹਨਾਂ ਦਫ਼ਤਰਾਂ ਵਿੱਚ ਉਹਨਾਂ ਨੂੰ ਖੱਜਲ ਖੁਆਰੀ ਵੇਖਣੀ ਪਈ। ਨਾ ਤਾਂ DC ਨੇ ਕੋਈ ਸੁਣਿਆ, ਨਾ SSP ਨੇ ਸੁਣਿਆ। ਇਹਦੇ ਪਿੱਛੇ ਕੀ ਆ, ਸਾਰਿਆਂ ਨੂੰ ਪਤਾ ਹੈ ਕਿ ਮਹਾਰਾਣੀ ਪਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਇਹਦੀ ਪਿੱਠ 'ਤੇ ਹੱਥ ਰੱਖ ਕਰਕੇ ਕੂੜ ਦਾ ਪ੍ਰਚਾਰ ਕਰਾਉਂਦੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਦੀਵਾਨ ਜ਼ਰੂਰ ਲੱਗਣਗੇ, ਤੁਸੀਂ ਇਸ ਡੇਰੇ ਤੋਂ ਬਾਹਰ ਨਹੀਂ ਜਾਣਾ, ਅਸੀਂ ਹਰ ਹਾਲਤ ਵਿੱਚ ਫੋਰਸ ਦੇ ਕਰਕੇ ਉਹਦੇ ਦੀਵਾਨ ਲਵਾਵਾਂਗੇ। ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ, ਗੁਰਮੁਖੋ ਔਰੰਗਜ਼ੇਬ ਨੇ ਵੀ ਇਸੇ ਤਰ੍ਹਾਂ ਤਾਨਾਸ਼ਾਹੀ ਰਾਜ ਕਰਕੇ ਆਪਣੇ ਮਤ ਦਾ ਪ੍ਰਚਾਰ ਕਰਨਾ ਚਾਹਿਆ। ਲੱਭੋ ਅੱਜ ਔਰੰਗਜ਼ੇਬ ਕਿੱਥੇ ਆ, ਅਬਜਾਲੀ ਕਿੱਥੇ ਆ। ਇਸੇ ਤਰ੍ਹਾਂ ਇੰਦਰਾ ਗਾਂਧੀ ਕਹਿੰਦੀ ਸੀ ਮੈਂ ਸਿੱਖ ਕੌਮ ਅਤੇ ਜਥੇਬੰਦੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ, ਕਿੱਥੇ ਆ। ਇਸੇ ਤਰ੍ਹਾਂ ਬੇਨਤਾ ਜਿਹੜਾ ਬੁੱਚੜਿਆ ਉਹ ਕਿੱਥੇ ਆ। ਕੈਪਟਨ ਅਮਰਿੰਦਰ ਸਿੰਘ ਯਾਦ ਰੱਖ, ਤੈਨੂੰ ਜਨਤਾ ਨੇ ਵੋਟਾਂ ਪਾਈਆਂ, ਢੱਡਰੀਆਂ ਵਾਲੇ ਨੇ ਵੋਟਾਂ ਨਹੀਂ ਪਾਈਆਂ। ਵੋਟਾਂ ਜਨਤਾ ਨੇ ਪਾਈਆਂ ਕਾਹਦੇ ਵਾਸਤੇ, ਸਿੱਖ ਸਮਾਜ ਅਤੇ ਉਹਦੇ ਭਲੇ ਵਾਸਤੇ, ਪੰਥ ਅਤੇ ਪ੍ਰਸਾਰ ਦੇ ਪ੍ਰਚਾਰ ਵਾਸਤੇ ਪਾਈਆਂ ਸੀ। ਪਰ ਤੂੰ ਤਾਂ ਅਬਦਾਲੀ ਬਣ ਗਿਆ, ਜੋ ਕਾਂਗਰਸ ਦਾ ਅਸਲੀ ਚਿਹਰਾ ਸੀ ਉਹ ਸਿੱਖ ਸੰਗਤਾਂ ਵਿੱਚ ਨਸ਼ਰ ਕਰਦਾ। ਇੱਕ ਗਲਤ ਬੰਦਾ ਹਰਿਮੰਦਰ ਸਾਹਿਬ ਦੇ ਉਲਟ ਬੋਲਦਾ, ਸਰੋਵਰ ਦੇ ਉਲਟ ਬੋਲਦਾ, ਸਿਧਾਂਤ ਅਤੇ ਗੁਰਬਾਣੀ ਦੇ ਉਲਟ ਬੋਲਦਾ। ਤੇਰੇ ਹੁਕਮ ਅਨੁਸਾਰ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ 3, 4 ਅਤੇ 5 ਫਰਵਰੀ ਨੂੰ ਇਹਦੇ ਦੀਵਾਨ ਲੱਗਣੇ ਆ। ਯਾਦ ਰੱਖ, ਇੱਥੇ ਦੀਵਾਨ ਤੂੰ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਲਵਾ ਦੇਗਾ, ਪਰ ਇਹਦੇ ਦੀਵਾਨ ਜਿੰਨਾ ਚਿਰ ਬੰਦ ਨਹੀਂ ਹੁੰਦੇ, ਰੋਕ ਨਹੀਂ ਲੱਗਦੇ, ਉਹਨਾਂ ਚਿਰ ਗੁਰਮੁਖੋ ਅਸੀਂ ਟੇਕ ਕਰਕੇ ਨਹੀਂ ਬੈਠਾਂਗੇ। ਮੰਨ ਲਓ ਸਾਨੂੰ ਪ੍ਰਸ਼ਾਸਨ ਗ੍ਰਿਫਤਾਰ ਕਰ ਲੈਂਦਾ, ਜੇਲ੍ਹ ਵਿੱਚ ਕੇਸ ਪਾ ਕੇ ਬੰਦ ਕਰ ਦਿੰਦਾ, ਪਰ ਜਿਹੜੀ ਸਾਡੀ ਅੰਦਰ ਦੀ ਸੱਚ ਦੀ ਆਵਾਜ਼ ਆ, ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ, ਇਹਨੂੰ ਕਦੇ ਵਾਸਤੇ ਬੰਦ ਨਹੀਂ ਕਰ ਸਕੋਗੇ। ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਣਾ ਜਾਤੀ ਤੌਰ 'ਤੇ ਕਿਸੇ ਨਾਲ ਵਿਰੋਧ ਨਹੀਂ, ਪਰ ਜਿਹੜਾ ਗੁਰੂ ਗੁਰਬਾਣੀ ਇਤਿਹਾਸ ਦੇ ਨਾਲ ਖਿਲਵਾੜ ਕਰਦਾ, ਉਹਨੂੰ ਝਠਲਾਉਣ ਦਾ, ਕਿੰਤੂ ਕਰਨ ਦਾ ਯਤਨ ਕਰਦਾ, ਉਹਦਾ ਪਹਿਲਾਂ ਵੀ ਵਿਰੋਧ ਹੋਇਆ, ਹੁਣ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਵਿਰੋਧ ਹੋਵੇਗਾ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਰਲ ਮਿਲ ਕਰਕੇ ਢੱਡਣੀਆਂ ਵਾਲੇ ਦੇ ਕੂੜ ਪ੍ਰਚਾਰ 'ਤੇ ਪੱਕੀ ਰੋਕ ਲਵਾਈਏ। ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਨਰਾਜ਼ਗੀ ਦੇਖੋ ਭਾਈ ਸਾਹਿਬ, ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਕੋਈ ਅਸੀਂ ਖੁਦ ਵੀ ਗੁਰਬਾਣੀ ਦੀ ਕਥਾ ਕਰਦੇ ਹਾਂ, ਸਿੰਘ ਸਾਰੇ ਗਿਆਨੀ ਸਿੰਘ ਆ ਲਗਭਗ ਵਿੱਚ। ਜਦੋਂ ਅਸੀਂ ਕਿਤੇ ਇੱਕ ਜਗ੍ਹਾ ਦੀਵਾਨ ਲਾ ਕੇ ਆਏ, ਕਥਾ ਕਰਕੇ ਆਏ, ਸਾਨੂੰ ਕੋਈ ਸਵਾਲ ਕਰ ਦੇਵੇ ਖੜਾ, ਉਹਦੇ ਸਵਾਲ ਦਾ ਜਵਾਬ ਜਿੰਨਾ ਤੱਕਰ ਨਹੀਂ ਦਿੰਦੇ ਸੀ ਉਨਾ ਤੱਕਰ ਉਹ ਸਟੇਜ ਤੋਂ ਨਹੀਂ ਬੋਲਦੇ। ਲਗਾਤਾਰ ਰਣਜੀਤ ਸਿੰਘ ਦੇ ਵੱਲੋਂ ਸਵਾਲ ਚੱਕੇ ਜਾ ਰਹੇ, ਕਦੀ ਭੋਰੇ ਸਾਹਿਬ 'ਤੇ, ਕਦੀ ਅੰਮ੍ਰਿਤਸਰ ਦੇ ਪਵਿੱਤਰ ਜਲ 'ਤੇ, ਕਦੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਇਮਾਰਤ 'ਤੇ, ਕਦੀ ਮਾਤਾ ਭਾਗ ਕੌਰ ਦੇ ਜੀਵਨ 'ਤੇ, ਕਦੀ ਗੁਰੂ ਗੋਬਿੰਦ ਸਿੰਘ, ਕਦੀ ਇਤਿਹਾਸ। ਸਾਨੂੰ ਪੜ੍ਹਾਵੇ ਤਾਂ ਅਸੀਂ ਕਿੱਥੇ ਲਿਖਿਆ ਮਾਤਾ ਭਾਗ ਕੌਰ ਸਾਰੀ ਜ਼ਿੰਦਗੀ ਨਕਲ ਅਵਸਥਾ ਵਿੱਚ ਰਹੀ, ਸਾਨੂੰ ਆ ਕੇ ਦੱਸੇ ਮਿਲੇ। ਜਿਹੜਾ ਬੰਦਾ ਸਟੋਲਟੀ ਲਾ ਕੇ ਆਪਣਾ ਪਹਿਰਾ ਲਵਾ ਕੇ ਇੰਨੀਆਂ ਸੰਗਤਾਂ 'ਚ ਰੋਲਾ ਮਾਰਨਾ, ਡਿੰਗਾ ਮਾਰਦਾ, ਚਾਰ ਬੰਦਿਆਂ 'ਚ ਵਿੱਚ ਬੈਠ ਕੇ ਕਿਉਂ ਨਹੀਂ ਗੱਲ ਕਰ ਸਕਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਇੰਦੌਰ ਦੇ ਵਿੱਚ ਸਰਬ ਧਰਮ ਸੰਮੇਲਨ ਹੋਇਆ, ਉੱਥੇ ਪਹੁੰਚੇ। ਗਿਆਨੀ ਮਾਨ ਸਿੰਘ ਝੋਰ ਮਸੀਤਾਂ ਵਿੱਚ ਜਾ ਕੇ ਜਵਾਬ ਦਿੰਦੇ ਰਹੇ। ਗਿਆਨੀ ਗਿਆਨੀ ਗੁਰਦਿੱਤ ਸਿੰਘ ਜੀ ਇਹੋ ਜਿਹੇ ਗਿਆਨੀ ਹੋਏ। ਇੱਕ ਵਾਰ ਜਦੋਂ ਗਾਂਧੀ ਨੇ, ਕਰਮਚੰਦ ਗਾਂਧੀ ਨੇ ਬੋਲਿਆ ਸੀਗਾ ਖਿਲਾਫ਼, ਗੁਰੂ ਗੋਬਿੰਦ ਸਿੰਘ ਭੁੱਲਿਆ ਹੈ ਰਹਿਬਰ ਸੀ, ਉਦੋਂ ਗਿਆਨੀ ਗੰਗਾ ਸਿੰਘ ਨੇ ਜਾ ਕੇ ਘੇਰਿਆ।
कि तू गलत बोलिया। इस तरह वध तो वध जिन्हें भी सिंह सी पुराने समय तो लैके जे गुरु नानक साहब का इतिहास तुम वाच लोगे उदे विच गुरु नानक साहब बारे भाई गुरदास जी ने लिखिया कहिंदे गुरु साहब कित्थे कित्थे नहीं गए, फिर बाबा मक्के गया नील बस्तर धारे बनवारी, ये बचन आंदे ना कि काजी मारी रत किहड़ा सुता कुफर कफारी, टंगो पकड़ घसीटिया फिरिया मक्का कला दिखारी, होए हैरान करें जुहारी, फिर बाबा गया बगदाद नूं बाहर जाए किया अस्ताना, एक बाबा अकाल रूप दूजा रबाबी मरदाना, उत्थे जाके गुरु नानक साहब ने पीर दस्तगीर दे हथ खड़े कराए, उन्होंने मत्थे टेकते सारिया ने, फिर गुरु साहब बटाले तो अपने करतारपुर तो साहब बटाले अचल बटाले गए। जदों भाई गुरदास जी लिखते आ फिर बाबा ये मेला साडा सिद्धांत पुराना आ कि होए कत्तर मिलो मेरे भाई दुबदा दूर करो हले बुलाए, हर नामे की हो वह जोरी गुरमुख बैसो सफा विछाए। असीं जिन्हें भी हाँ जदों असी कोई विचार कोई इदा दी विचार दे दें स्टेज के उत्ते उत्थे बोल दें, असी स्टेजा उत्ते इन्ना इन्ना रोला पा रहे सवाल चक सकते चार बंदियों विच बैठ के क्यों नहीं सानू जवाब दे सकते, बड़ी हैरानी की गल आ। इतों स्पष्ट हुंदा जेडे उन्होंने भगत ने, मैं कहना चलो उन्हों का कोई कसूर नहीं भुले हो, रात असी एक वीडियो पाई मैनू बड़े फोन आए, वीडियो सुनने तो बाद बहुत गिनती दे विच लोग इहदे खिलाफ होए हुए आ, कहिंदे गलत बोलदा बकवास करदा, मोगे दे विच कबंटी नाम दा भचंगी आ कोई, इहने कहा कि हर बंदा अपनी अपनी जिम्मेवारी आप लै सकदा, सब नूं अधिकार आ जीण दा, उत्थे गुरसिखां दे परिवार विचों सिंह ने केस कतल कराते, उह कहिंदा मैं नहीं मानदा तुहाडी तुसीं सिंह होउंगे, उह सिंह तों मुंडा बन गया, इहनां दी वजह नाल बहुत गुरसिखी तों टुट रहे आ। मैं बेनती करदा कि तुसीं सारे आपां इहदे खड़े आ, जिहड़ी गल सौ बंदे च लखां बंदे हज़ारां बंदे च कही जा सकती आ उह चार बंदियां विच बैठ के जवाब क्यों नहीं दिता जा सकता, ये दसण सानू आ के सामने हो करके कि बाबा जरनैल सिंह पिंडराले नहीं सी, जेठ मलानी वर्गे वकील रवि वर्गे वकील आए उन्हां दे पास एक एक गल का जवाब दिता बाबा जरनैल सिंह, मोड़िया किसे नू कहा कि जवाब नहीं देना। मैं कहना मैं प्रचारक कथावाचक तां कहलावांगा जे मैं स्टेजा उत्ते बैठ के प्रचार भी करा, दूजा संगत विच बैठ के लंगर भी छकां, दत्ता पंथ दे विच संगतां दे विच उहदे जवाब नहीं दिते, हुण आ तीन दीवान लाणगे तीन दीवानां विच होर 50 शंके खड़े करनगे, इहदा कौण जिम्मेवार आ, आ जा प्रशासन वल नूं करो, सारिआं नूं घुमायो माड़ा, जिन्नी प्रशासन इह लगी होई आ सानूं रोकण वास्ते लगी, मैं कहना असीं लड़न वास्ते नहीं जा रहे उत्थे, असीं सिर्फ पुछण वास्ते जा रहे हाँ, भाई साहब हो सकदा सानूं भुलेखा होवे, साडे सामने हो के आमणे सामने हो के सानूं जवाब दिओ, जिन्नी प्रशासन आ जे तुसीं कदे ये काम करो ना सारे जिन्हें तुसीं खड़े आ, साडे अगे लग के चलो, थोड़े बंदे पिछे अगे लग के चलो, टंडरियां सामने लियाओ, तुहाडे सामने मार तां नहीं सकदे, जे तुसीं कहोगे असीं अपने वड्डे हथियार रख के छोटियां सी जसाबां पा के सामने जाण लई तैयार आ, पंज बंदे साडे जाण उत्थे गिदड़ियाणी जिहड़ा पिंड आ उत्थे पंज बंदे आ साडे नाल पहलां विचार करे, जे विचार दे विच जित जांदा ते दीवान ला देवे, जे हार जांदा फिर कोई दीवान नहीं लग सकदे। इस तरह जी जिहड़े बाबा रणजीत सिंह ढटरियां वाले दीवान इत्थे गदड़ियाणी पिंड दे विच हो रहे ने, थोड़ा जिहा उन्हां दा विवाद करके दूसरी जथेबंदी नाल इत्थे काफ़ी जिहड़े सुरक्षा प्रबंध असीं पुलिस दे कीते ने, जिहदे च असीं दो एस पी आ साडे नाल 6 दे करीब डी एस पी ने, बाकी सारे जिले की फोर्स आ, वो संबंध में सुरक्षा प्रबंध ने भी ताकि कोई अणसुखावी घटना इतने ना वापर। सर जो कनकवाल भंगवाल गुरुद्वारा है उत्थे वो कट्ठे हुए हैं उन्होंने रोकने लिए किदां दी तैयारी की? जिहड़ा कनकवाल भंगुआ गुरुद्वारा साहब चो दूसरा ग्रुप वाले कट्ठे हुए हैं जी, उत्थे एक एस पी साहब साडे मलेरकोटला सर मनजीत सिंह बराड़ लगे हुए हैं, उन्होंने उन्होंने गलबात भी चल रही है और उन्होंने असी बैठ के साड़ी वार्तालाप लगातार जारी है कि ताकि किसी भी तरीके बैठ के उन्होंने आपस में रोक के तो सहमति नाल जिहड़ा है प्रोग्राम है इहनूं कंप्लीट कराया जा सके। मतलब जे कल नूं उह विवाद कोई छेड़दे आ तां तुहाडे वल्लों पूरी तैयारी? नहीं जी, हाँ बिल्कुल साडे वल्लों पूरियां तैयारियां ने, चलो कुछ धार्मिक मसला होण करके असीं इहदे बारे बहुता मैं नहीं कुछ कह सकदा, साडा मसला सिर्फ लॉ एंड ऑर्डर नाल संबंधित है, उहदे वास्ते साडियां पूरियां तैयारियां ने और असीं किसी भी बंदे नूं इस गल दी इजाजत नहीं देवांगे कि उह अमन कानून दी स्थिति नूं आपदे हत्थ च लवे। ਤੇ ਜਿਉਂਦਾ ਬੰਦਾ ਉਦੋਂ ਹੀ ਹੈ ਜਦੋਂ ਅਕਲ ਹੋਵੇ ਸਮਝ ਹੋਵੇ। ਤਾਂ ਕਰਕੇ ਸਤਿਗੁਰੂ ਦੇ ਦਰਬਾਰ ਚੋਂ ਅਸੀਂ ਝੋਲੀ ਅੱਡ ਕੇ ਜਿਹੜੀ ਖੈਰ ਮੰਗਦੇ ਹਾਂ ਉਹ ਹੈ ਸਮਝ ਦੀ, ਤੇ ਝੋਲੀ ਅੱਡਣ ਦੀ ਗੱਲ ਨਹੀਂ, ਇੱਥੇ ਵੀ ਕੱਪੜਾ ਹੈ ਅੱਡ ਕੇ ਬੰਦਾ ਖੜੇ ਜਾਂ ਹੱਥ ਹੈ ਅੱਡ ਕੇ ਖੜੇ ਵੀ ਹੱਥ
ਇਹ ਜੋ ਇੱਥੋਂ ਮਿਲਦਾ ਉਹ ਹੱਥਾਂ ਤੇ ਨਹੀਂ ਧਰਿਆ ਜਾਂਦਾ, ਉਹ ਝੋਲੀ ਚ ਨਹੀਂ ਪੈਂਦਾ। ਇੱਥੇ ਜੋ ਗਿਆਨ ਦੀ ਗਿਆਨ ਵੰਡਿਆ ਜਾਂਦਾ, ਅਕਲ ਦਿੱਤੀ ਜਾਂਦੀ ਹੈ, ਉਹ ਸਾਡੇ ਦਿਮਾਗ ਚ ਪੈਣੀ, ਸਾਡੀ ਸੁਰਤ ਵਿੱਚ ਪੈਣੀ। ਇਸੇ ਕਰਕੇ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸੁਰਤ ਧੁਨ।